ਅੱਜ ਜਿਸ ਤਰ੍ਹਾਂ ਪ੍ਰਤਿਬਾਦੀ ਪਾਲ ਟੀਵੀ ਰਾਹੀਂ ਕੀਤੀ ਜਾਂਦੀ ਏ ਕੁਝ ਅਜੀਹਾ ਹੀ 1965 ਯੂनाइटेड ਪ੍ਰੋਡਿਊਸਰ ਸਤੇ ਫਿਲਮ ਫੇਅਰ ਦੁਆਰਾ ਕੀਤਾ ਗਿਆ ਉਹ ਨਵੀਂ ਹੀਰੋ ਦੀ ਪਾਲ ਵਿੱਚ ਸਨ ਫਾਈਨਲ ਵਿੱਚ 10000 ਵਿੱਚੋਂ 8 ਲੜਕੇ ਚੁਣੇ ਗਏ ਜਿਨ੍ਹਾਂ ਵਿੱਚੋਂ ਇੱਕ ਸਨ ਰਾਜੇਸ਼ ਖੰਨਾ ਅਖੀਰ ਰਾਜੇਸ਼ ਖੰਨਾ ਜੇਤੂ ਐਲਾਨੇ ਗਏ ਰਾਜੇਸ਼ ਖੰਨਾ ਨੇ ਆਪਣੀ ਕਾਬਲੀਅਤਾਂ ਉਦੋਂ ਹੀ ਸਾਬਿਤ ਕਰ ਦਿੱਤੀ ਸੀ ਪਰ ਰਹਿ ਗਈ ਸੀ ਤਾਂ ਲੋਕਾਂ ਦੇ ਦਿਲਾਂ ਵਿੱਚ ਉਹ ਥਾਂ ਬਣਾਉਣੀ ਜੋ ਅੱਜ ਤੱਕ ਬਰਕਰਾਰ ਹੈ ਮੈਂ ਤਰਨਜੀਤ ਕੌਰ ਜੀਤ ਵੈਪ ਟੀਵੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਦੇ ਹੀਰੇ ਰਜੇਸ਼ ਖੰਨਾ ਇੱਕ ਭਾਰਤੀ ਅਦਾਕਾਰ ਫਿਲਮ ਨਿਰਮਾਤਾ ਅਤੇ ਸਿਆਸਤਦਾਨ ਸਨ ਜੋ ਹਿੰਦੀ ਸਿਨੇਮਾ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ ਉਹਨਾਂ ਨੂੰ ਭਾਰਤੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਵਜੋਂ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ 1969 ਤੋਂ 1971 ਤੱਕ ਲਗਾਤਾਰ 15 ਹਿੱਟ ਫਿਲਮਾਂ ਵਿੱਚ ਅਭਿਨੇ ਕੀਤਾ ਜਿਸ ਨੇ ਇੱਕ ਅਟੁੱਟ ਰਿਕਾਰਡ ਕਾਇਮ ਕੀਤਾ ਰਜੇਸ਼ ਖੰਨਾ ਦਾ ਜਨਮ 29 ਜਨਵਰੀ 1942 ਨੂੰ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਸੀ ਉਹਨਾਂ ਦਾ ਅਸਲੀ ਨਾਂ ਜਤਿੰਦ ਸੀ ਉਹਨਾਂ ਦੇ ਪਿਤਾ ਦਾ ਨਾਂ ਲਾਲਾ ਹੀਰਾਨੰਦ ਅਤੇ ਮਾਤਾ ਦਾ ਨਾਮ ਚੰਦਰ ਰਾਣੀ ਖੰਨਾ ਸੀ រជيش ខন্না ਨੂੰ ឈុនីឡាល ខন্না ਤੇ លីឡាវតិ ខন্না ਨੇ गोद ਲੈ ਲਿਆ ਅਤੇ ਉਸ ਦੇ ਮਾਪੇ ਬਣ ਕੇ ਉਸ ਦਾ ਪਾਲਣ ਪੋषण ਕੀਤਾ រជيش ខন্না ਨੂੰ ਸ਼ੁਰੂ ਤੋਂ ਹੀ ਅਦਾਕਾਰੀ ਵਿੱਚ ਦਿਲਚਸਪੀ ਸੀ ਜਿਸ ਕਾਰਨ ਉਹਨਾਂ ਨੇ ਸਕੂਲ ਵਿੱਚ ਬਣੇ ਥੀਏਟਰ ਵਿੱਚ ਅਦਾਕਾਰੀ ਸਿੱਖਣੀ ਸ਼ੁਰੂ ਕੀਤੀ ਅਤੇ ਇਸ ਦੇ ਨਾਲ ਇਸ ਵਿੱਚ ਅਭਿਨੇ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਨਾਟਕ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਅਤੇ ਬਹੁਤ ਸਾਰੇ ਪੁਰਸਕਾਰ ਜਿੱਤੇ ਰਜੇਸ਼ ਖੰਨਾ ਆਪਣੀ ਅੰਦਾਜ਼ ਅਤੇ ਆਪਣੀ ਸ਼ਾਨੋ ਸ਼ੌਕਤ ਲਈ ਸੁਪਰਸਟਾਰ ਬਣਨ ਤੋਂ ਪਹਿਲਾਂ ਹੀ ਪਛਾਣੇ ਜਾਂਦੇ ਸੀ ਉਹਨਾਂ ਨੇ ਥੀਏਟਰ ਅਤੇ ਫਿਲਮਾਂ ਵਿੱਚ ਕੰਮ ਲੈਣ ਲਈ ਬਹੁਤ ਸੰਘਰਸ਼ ਕੀਤਾ ਉਹਨਾਂ ਨੇ ਨਿਰਮਾਤਾਵਾਂ ਦੇ ਦਫ਼ਤਰਾਂ ਤੇ ਬਹੁਤ ਚੱਕਰ ਲਗਾਏ ਪਰ ਉਹਨਾਂ ਦੀ ਸ਼ਾਨੋ ਸ਼ੌਕਤ ਵਿੱਚ ਕੋਈ ਕਮੀ ਨਹੀਂ ਸੀ ਉਹ ਹਮੇਸ਼ਾ ਸਪੋਰਟਸ ਕਾਰ ਵਿੱਚ ਹੀ ਜਾਂਦੇ ਸਨ ਉਸ ਸਮੇਂ ਅਜਿਹੀ ਮਹਿੰਗੀ ਕਾਰ ਨਾਲ ਕੰਮ ਲੱਭਣਾ ਬਹੁਤ ਵੱਡੀ ਗੱਲ ਸੀ ਉਸ ਦੌਰ ਦੇ ਮਸ਼ਹੂਰ ਨਾਇਕਾਂ ਕੋਲ ਵੀ ਅਜਿਹੀ ਕਾਰ ਨਹੀਂ ਹੁੰਦੀ ਸੀ ਜਦੋਂ ਰਾਜੀਸ਼ ਖੰਨਾ ਨੇ ਫਿਲਮਾਂ ਵਿੱਚ ਆਉਣ ਦਾ ਫੈਸਲਾ ਕੀਤਾ ਤਾਂ ਉਹਨਾਂ ਦੇ ਚਾਚਾ ਕੇ ਕੇ ਖੰਨਾ ਨੇ ਉਹਨਾਂ ਦਾ ਪਹਿਲਾ ਨਾਂ ਬਦਲ ਕੇ ਰਾਜੀਸ਼ ਰੱਖ ਦਿੱਤਾ ਜੋ ਹਿੰਦੀ ਫਿਲਮ ਇੰਡਸਟਰੀ ਦਾ ਪਹਿਲਾ ਸੁਪਰਸਟਾਰ ਰਾਜੀਸ਼ ਖੰਨਾ કહਾਇਆ ਸਾਲ 1960 ਵਿੱਚ ਰਾਜੇਸ਼ ਖੰਨਾ ਨੇ 23 ਸਾਲ ਦੀ ਉਮਰ ਵਿੱਚ ਪਹਿਲੀ ਫਿਲਮ ਆਖਰੀ ਖੱਤ ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਜੀਪੀ ਸਿੱਪੀ ਨੇ ਆਪਣੀ ਫਿਲਮ ਰਾਜ ਵਿੱਚ ਸਾਈਨ ਕੀਤਾ। ਅਤੇ ਇਸ ਫਿਲਮ ਵਿੱਚ ਅਭਿਨੇਤਰੀ ਦੀ ਭੂਮਿਕਾ ਬਬੀਤਾ ਨੇ ਨਿਭਾਈ ਜੋ ਉਸ ਸਮੇਂ ਦੀ ਵੱਡੀ ਸਟਾਰ ਸੀ। 1969 ਦੀ ਫਿਲਮ ਆਰਾਧਨਾ ਨੇ ਰਾਜੇਸ਼ ਖੰਨਾ ਨੂੰ ਅਸਲ ਪਛਾਣ ਦਿੱਤੀ। ਅਤੇ ਆਰਾਧਨਾ ਪਲੈਟੀਨਮ ਜੁਬਲੀ ਮਨਾ ਕੇ ਸੁਪਰ ਹਿੱਟ ਫਿਲਮ ਸਾਬਤ ਹੋਈ ਅਤੇ ਜਿਸ ਨੇ ਰਾਜੇਸ਼ ਖੰਨਾ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਇਸ ਦੇ ਨਾਲ ਰਾਜੇਸ਼ ਖੰਨਾ ਨੂੰ ਫਿਲਮ ਜਗਤ ਦੇ ਸੁਪਰਸਟਾਰ ਦਾ ਖਿਤਾਬ ਵੀ ਮਿਲਿਆ ਸਾਲ 1969 ਤੋਂ ਸਾਲ 1972 ਤੱਕ 15 ਸੁਪਰ ਹਿੱਟ ਫਿਲਮਾਂ ਵਿੱਚ ਰਾਜੇਸ਼ ਖੰਨਾ ਨੇ ਕੰਮ ਕੀਤਾ ਅਤੇ ਸਫਲਤਾ ਦੇ ਸਿਖਰ ਤੇ ਰਹੀਆਂ ਰਾਜੇਸ਼ ਖੰਨਾ ਨੇ ਮਮਤਾਜ਼ ਨਾਲ 8 ਫਿਲਮਾਂ ਵਿੱਚ ਕੰਮ ਕੀਤਾ ਅਤੇ ਸਾਰੀਆਂ ਫਿਲਮਾਂ ਹਿੱਟ ਰਹੀਆਂ ਉਸ ਸਮੇਂ ਦੋਵਾਂ ਵਿੱਚਕਾਰ ਚੰਗੀ ਦੋਸਤੀ ਸੀ ਕੰਮ ਕਰਦੇ ਸਮੇਂ ਦੋਹਾਂ ਦੇ ਵਿੱਚ ਚੰਗਾ ਤਾਲਮੇਲ ਸੀ ਰਾਜੇਸ਼ ਖੰਨਾ ਨੂੰ ਰੋਮਾਂਟਿਕ ਹੀਰੋ ਵਜੋਂ ਬਹੁਤ ਪਸੰਦ ਕੀਤਾ ਗਿਆ ਲੋਕੋਨਾਂ ਦੀ ਅੱਖ ਚਪਕਨ ਅਤੇ ਟੇਢੀ ਗਰਦਨ ਦੇ ਕਾਇਲ ਸਨ ਰਾਜੇਸ਼ ਖੰਨਾ ਦੁਆਰਾ ਪੈਣੀ ਗਏ ਗੁਰੂ ਕੁੜਤੇ ਬਹੁਤ ਮਸ਼ਹੂਰ ਹੋਏ ਅਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਵਰਗੇ ਕੁੜਤੇ ਬਣਵਾਏ ਅਤੇ ਪਾਏ ਰਜੇਸ਼ ਖੰਨਾ ਨੂੰ ਕੁੜੀਆਂ ਬਹੁਤ ਪਸੰਦ ਕਰਦੀਆਂ ਸਨ ਕਈ ਉਹਨਾਂ ਨੂੰ ਖੂਨ ਨਾਲ ਚਿੱਠੀਆਂ ਲਿਖਦੀਆਂ ਸਨ ਕਈਆਂ ਨੇ ਉਹਨਾਂ ਦੀ ਫੋਟੋ ਨਾਲ ਵਿਆਹ ਕਰਵਾਇਆ ਬਹੁਤ ਸਾਰੀਆਂ ਕੁੜੀਆਂ ਉਹਨਾਂ ਦੀ ਫੋਟੋ ਨੂੰ ਸਿਰਹਾਣੀ ਦੇ ਹੇਠਾਂ ਰੱਖ ਕੇ ਸੌਂਦੀਆਂ ਸਨ ਦੇਵਦਾਸ ਜੀ ਤੋਂ ਬਾਅਦ ਐਸੀ ਮਕਬੂਲੀਅਤ ਸਿਰਫ ਰਜੇਸ਼ ਖੰਨਾ ਦੇ ਹਿੱਸੇ ਆਈ ਰਜੇਸ਼ ਖੰਨਾ ਅੰਜੂ ਮਹਿੰਦਰੂ ਨਾਲ ਵਿਆਹ ਕਰਨਾ ਚਾਹੁੰਦੇ ਸਨ ਜੋ ਕਰੀਬ 7 ਸਾਲ ਉਸ ਦੇ ਨਾਲ ਰਹੀ ਪਰ ਅੰਜੂ ਮਹਿੰਦਰੂ ਨੇ ਉਸਦਲ ਵਿਆਹ ਨਹੀਂ ਕਰਵਾਇਆ ਫਿਰ ਰਾਜੇਸ਼ ਖੰਨਾ ਨੇ ਡਿੰਪਲ ਕਪਾੜੀਆਂ ਨਾਲ ਵਿਆਹ ਕਰਵਾ ਲਿਆ ਰਾਜੇਸ਼ ਖੰਨਾ ਦੀ ਉਮਰ ਅਦਾਕਾਰਾ ਡਿੰਪਲ ਕਪਾੜੀਆਂ ਨਾਲੋਂ ਲਗਭਗ ਦੁਗਣੀ ਸੀ ਉਹਨਾਂ ਦੀਆਂ ਬੇਟੀਆਂ ਦੇ ਨਾਮ ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਹਨ ਰਾਜੇਸ਼ ਖੰਨਾ ਨੂੰ ਪੂਰੀ ਫਿਲਮ ਇੰਡਸਟਰੀ ਦਾ ਬਹੁਤ ਪਿਆਰ ਮਿਲਦਾ ਸੀ ਅਤੇ ਲੋਕ ਉਹਨਾਂ ਨੂੰ ਪਿਆਰ ਨਾਲ ਕਾਕਾ ਕਹਿ ਕੇ ਬੁਲਾਉਂਦੇ ਸਨ ਉਸ ਸਮੇਂ ਦੇ ਦੌਰਾਨ ਇੱਕ ਕਹਾਵਤ ਬਹੁਤ ਮਸ਼ਹੂਰ ਹੋ ਗਈ ਸੀ ਕਿ ਉੱਪਰ ਆਕਾ ਅਤੇ نیچے ਕਾਕਾ ਉਹਨਾਂ ਨੇ ਆਪਣੀ ਫਿਲਮੀ ਕਰੀਅਰ ਦੌਰਾਨ 180 ਫਿਲਮਾਂ ਵਿੱਚ ਕੰਮ ਕੀਤਾ 1991 ਤੋਂ ਬਾਅਦ ਰਜੇਸ਼ ਖੰਨਾ ਦੇ ਯੁੱਗ ਦਾ ਅੰਤ ਹੋਣ ਲੱਗਾ ਬਾਅਦ ਵਿੱਚ ਉਹਨਾਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ 1991 ਵਿੱਚ ਉਹ ਕਾਂਗਰਸ ਦੀ ਟਿਕਟ ਤੇ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਚੁਣੇ ਗਏ 1994 ਵਿੱਚ ਉਹਨਾਂ ਨੇ ਇੱਕ ਵਾਰ ਫਿਰ ਫਿਲਮ ਖੁਦਾਈ ਨਾਲ ਪਰਦੇ ਤੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ 1996 ਵਿੱਚ ਉਹਨਾਂ ਨੇ ਸਫਲ ਫਿਲਮ ਸੋਤੇਲਾ ਪਾਈ ਕੀਤੀ ਉਹਨਾਂ ਨੇ ਆ ਅਬ ਲੋਟ ਚਲੇ ਕਿਆ ਦਿਲ ਨੇ ਕਹਾ ਪਿਆਰ ਜ਼ਿੰਦਗੀ ਹੈ ਅਤੇ ਵਫਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਪਰ ਇਹਨਾਂ ਫਿਲਮਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਰਜੇਸ਼ ਖੰਨਾ ਨੂੰ ਤਿੰਨ ਵਾਰ ਫਿਲਮ ਫੇਅਰ ਅਵਾਰਡ ਅਤੇ ਚਾਰ ਵਾਰ ਬੰਗਾਲ ਫਿਲਮ ਜਰਨਲਿਸਟ ਅਵਾਰਡ ਮਿਲਿਆ। ਉਹਨਾਂ ਨੂੰ 2005 ਵਿੱਚ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2013 ਵਿੱਚ ਉਹਨਾਂ ਨੂੰ ਮਰਨ ਉਪਰੰਤ ਪਦਮਪੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਜੇਸ਼ ਖੰਨਾ ਦੀ ਸਿਹਤ 2011 ਤੋਂ ਲਗਾਤਾਰ ਵਿਗੜਨੀ ਸ਼ੁਰੂ ਹੋ ਗਈ। ਉਹ ਕੈਂਸਰ ਤੋਂ ਪੀੜਿਤ ਸਨ। 3 ਜੂਨ 2012 ਨੂੰ ਜਦੋਂ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਤੋਂ ਬਾਅਦ ਉਹਨਾਂ ਨੂੰ 8 ਜੁਲਾਈ ਨੂੰ ਛੁੱਟੀ ਦੇ ਦਿੱਤੀ ਗਈ ਪਰ ਫਿਰ 14 ਜੁਲਾਈ ਨੂੰ ਜਦੋਂ ਉਹਨਾਂ ਦੀ ਸਿਹਤ ਵਿਗੜ ਗਈ ਉਹਨਾਂ ਨੂੰ ਦੁਬਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ 18 ਜੁਲਾਈ 2012 ਨੂੰ ਰਾਜੇਸ਼ ਖੰਨਾ ਦਾ ਉਹਨਾਂ ਦੇ ਬੰਗਲੇ ਵਿੱਚ ਦੇਹਾਂਤ ਹੋ ਗਿਆ ਜਿਵੇਂ ਹੀ ਉਹਨਾਂ ਦੀ ਮੌਤ ਦੀ ਖਬਰ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚੀ ਰਜੇਸ਼ ਖੰਨਾ ਦੇ ਪਰਸ਼ੰਸਕਾਂ ਦੀ ਇੱਕ ਵੱਡੀ ਭੀੜ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਬਾਂਦਰਾ ਦੇ ਆਸ਼ੀਰਵਾਦ ਬੰਗਲੇ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਗਈ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਰੰਗਮંચ ਦਾ ਹਰਫਨ ਮੋਲਾ ਅਦਾਕਾਰ ਹਿੰਦੀ ਫਿਲਮ ਜਗਤਦਾਸ ਸੁਪਰਸਟਾਰ ਬੇਸ਼ੱਕ ਦੁਨੀਆਵੀ ਰੰਗਮंच ਤੋਂ ਰੁਖਸਤ ਹੋ ਗਿਆ ਪਰ ਉਸਦੇ ਅੰਦਾਜ਼ ਦਾ ਜ਼ਿਕਰ ਅੱਜ ਵੀ ਹੁੰਦਾ ਹੈ ਤੇ ਸਦੀਵੀ ਹੁੰਦਾ ਰਹੇਗਾ ਕਿਉਂਕਿ ਕੁਝ ਇਨਸਾਨ ਦਿਲਾਂ ਵਿੱਚੋਂ ਕਦੇ ਰੁਖਸਤ ਨਹੀਂ ਹੁੰਦੇ ਅਗਲੀ ਵਾਰ ਫਿਰ ਮਿਲਾਂਗੇ ਇੱਕ ਹੋਰ ਨਾਇਾਬ ਹੀਰੇ ਦੇ ਨਾਲ ਹੁਣ ਮੈਨੂੰ ਤਰਨ ਨੂੰ ਦੇ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ